ਸਾਥੀ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰਾ ਸਾਹਿਬ ਕਿਉਂ ਆਉਂਦੇ ਹਾਂ ਜਾਂ ਗੁਰੂ ਨੂੰ ਨਮਸਕਾਰ ਕਿਉਂ ਕਰਦੇ ਹਾਂ? ਕਿ ਕੇਵਲ ਇੱਥੇ ਆਣ ਕੇ ਮੱਥਾ ਟੇਕਣਾ ਹੈ, ਦੇਗ ਲੈਣੀ ਆ ਜਾਂ ਪ੍ਰਸ਼ਾਦਾ ਪਾਣੀ ਛੱਕ ਕੇ ਅਤੇ ਘਰਾਂ ਨੂੰ ਵਾਪਸ ਤੁਰ ਜਾਣਾ, ਜਾਂ ਇੱਥੇ ਆਣ ਕੇ ਥੜਿਆਂ ਨੂੰ ਨਮਸਕਾਰਾਂ ਕਰਨੀਆਂ ਨੇ, ਜੋਤਾਂ ਨੂੰ ਜਗਾ ਕੇ ਅਤੇ ਉਹਦੇ ਉੱਤੋਂ ਹੱਥ ਮਲ ਕੇ ਅਤੇ ਮੂੰਹ ਦੇ ਉੱਤੇ ਫੇਰਨੇ ਨੇ, ਕਿ ਇਹਦੇ ਵਾਸਤੇ ਆਉਂਦੇ ਹੋ? ਨਹੀਂ, ਗੁਰੂ ਦੇ ਨੇੜੇ ਇਸ ਵਾਸਤੇ ਆਉਣਾ ਹੈ ਕਿ ਸਾਨੂੰ ਸੋਝੀ ਆ ਸਕੇ। ਅਸੀਂ ਅਗਿਆਨੀ ਹਾਂ, ਔਗਣਾਂ ਦੇ ਨਾਲ ਭਰੇ ਹੋਏ ਹਾਂ, ਪਰ ਕੋਈ ਵਿਰਲਾ ਇਨਸਾਨ ਹੈ ਕਿ ਜਿਹੜਾ ਇਸ ਗੱਲ ਨੂੰ ਸਵੀਕਾਰ ਕਰੇ ਕਿ ਮੈਂ ਅਣਜਾਣ ਹਾਂ, ਮੈਂ ਬੇਸਮਝ ਹਾਂ। ਹਰ ਬੰਦਾ ਕਹਿੰਦਾ ਹੈ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ, ਅਕਲਵਾਨ ਕੋਈ ਨਹੀਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਅਸੀਂ ਸਿਆਣੇ ਬਹੁਤ ਹਾਂ ਪਰ ਧੋਖਾ ਦੇਣ ਵਿੱਚ। ਜੇ ਮੱਝ 4 ਕਿਲੋ ਦੁੱਧ ਦਿੰਦੀ ਹੈ ਅਤੇ ਪਾਣੀ ਪਾ ਕੇ 6 ਕਿਲੋ ਕਿਵੇਂ ਬਣਾਉਣਾ, ਉਹ ਸਾਨੂੰ ਬਹੁਤ ਚਲਾਕੀ ਆਉਂਦੀ ਹੈ। ਜੇ ਬਤਾਊਂ ਰਾਤ ਨੂੰ ਲੱਗੇ ਹੈ ਅਤੇ ਸਵੇਰ ਤੱਕ ਕਿਵੇਂ ਮੰਡੀ ਵਿੱਚ ਲੈ ਕੇ ਜਾਣਾ, ਉਹ ਟੀਕਾ ਕਿਹੜਾ ਅਤੇ ਕਿੱਥੇ ਟੀਕਾ ਲੱਗਣਾ, ਉਹ ਚਲਾਕੀ ਸਾਨੂੰ ਆਉਂਦੀ ਹੈ। ਜੇ ਸਮਝ ਨਹੀਂ ਹੈ ਜ਼ਿੰਦਗੀ ਕਿਵੇਂ ਜਿਉਣੀ ਹੈ, ਸਬਰ ਸੰਤੋਖ ਸਾਨੂੰ ਕਿਵੇਂ ਮਿਲਣਾ ਹੈ, ਕਿਵੇਂ ਜੀਵਨ ਅੰਦਰ ਧਾਰਨ ਕਰਨਾ ਹੈ, ਇਹ ਸਾਡੇ ਕੋਲ ਸੂਝ ਨਹੀਂ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੁਆਰਾ ਹੋਏ ਸੋਚੀ ਪਾਏ ਸੀ। ਪਰ ਇਹ ਸਵੀਕਾਰ ਕਰਨਾ ਬਹੁਤ ਔਖਾ ਕੰਮ ਹੈ ਕਿ ਮੈਂ ਅਗਿਆਨੀ ਹਾਂ ਔਰ ਮੈਂ ਮੈਲ ਦੇ ਨਾਲ ਭਰਿਆ ਹੋਇਆ ਹਾਂ। ਗੁਰਬਾਣੀ ਨੇ ਬਾਰ ਬਾਰ ਸਾਨੂੰ ਸਮਝਾਇਆ ਹੈ ਔਰ ਸਤਿਗੁਰ ਜੀ ਬਾਰ ਬਾਰ ਸਾਨੂੰ ਸੱਦਾ ਦਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਵੀ ਇੱਥੇ ਬਹੁਤੇ ਪ੍ਰਚਾਰਕਾਂ ਨੇ, ਕੀਰਤਨੀਆਂ ਨੇ, ਜਾਂ ਤੇ ਮਨਮਤੀ ਸਾਖੀਆਂ ਸੁਣਾਈਆਂ ਔਰ ਜਾਂ ਢੋਲਕੀਆਂ ਅਤੇ ਚਿਮਟਿਆਂ ਦੇ ਨਾਲ ਆਪਣੀਆਂ ਬਣਾਈਆਂ ਹੋਈਆਂ ਕਵਿਤਾਵਾਂ ਅਤੇ ਗੀਤ ਹੀ ਸਾਨੂੰ ਹੁਣ ਤੱਕ ਸੁਣਾਏ ਨੇ। ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਸੋਝੀ ਲੈਣ ਵਾਸਤੇ ਆਉਂਦੇ ਹਾਂ, ਤਾਂ ਸਾਨੂੰ ਇੱਥੋਂ ਗੁਰੂ ਦੇ ਕੋਲੋਂ ਜੀਵਨ ਕਿਵੇਂ ਜਿਉਣਾ ਹੈ ਇਸ ਗੱਲ ਦੀ ਸਮਝ ਪੈਂਦੀ ਹੈ। ਔਰ ਜੇ ਇਸ ਗੱਲ ਨੂੰ ਦੇਖਣਾ ਹੋਵੇ ਕਿ ਅੱਜ ਸਾਨੂੰ ਜੀਵਨ ਦੀ ਸਮਝ ਨਹੀਂ, ਤਾਂ ਇਹ ਸਾਡਾ ਆਪਣੇ ਨਗਰ ਨੇ, ਆਪਣੇ ਘਰ ਪਰਿਵਾਰ ਰਹਿੰਦੇ ਨੇ, ਇੱਕ ਦੂਜੇ ਨੂੰ ਸਾਰੇ ਜਾਣਨ ਵਾਲੇ ਹੁੰਦੇ ਨੇ। ਪਰ ਕੀ ਕਾਰਨ ਹੈ ਕਿ ਅੱਜ ਸਾਡੀ ਜਵਾਨ ਭੈਣ ਜਾਂ ਬੱਚੀ ਇਕੱਲੀ ਪਿੰਡ ਦੇ ਵਿੱਚ ਦੁਕਾਨ ਤੱਕ ਨਹੀਂ ਜਾ ਸਕਦੀ? ਸਿਆਣੇ ਮਾਂ ਬਾਪ ਸਹਿਮ ਜਾਂਦੇ ਨੇ ਕਿ ਨਹੀਂ, ਬੱਚੀ ਨੂੰ ਦੁਕਾਨ 'ਤੇ ਨਹੀਂ ਭੇਜਣਾ। ਪਹਿਲਾਂ ਅਸਲ ਦੇ ਵਿੱਚ ਕਈ ਵਾਰ ਲੋਕ ਡਰਦੇ ਹੁੰਦੇ ਸੀ ਕਿ ਇਸ ਗਲੀ ਦੇ ਵਿੱਚ ਫਲਾਣਿਆਂ ਦੇ ਕੁੱਤੇ ਬੜੇ ਖੂੰਖਾਰ ਨੇ, ਉਹ ਵੱਢ ਲੈਣਗੇ, ਇੱਧਰੋਂ ਦੀ ਨਹੀਂ ਲੰਘਣਾ, ਦੂਜੀ ਗਲੀ ਥੜੀ ਜਾਣਾ। ਪਰ ਮਾਫ ਕਰਨਾ, ਅੱਜ ਜਿਹੜੇ ਸਾਡੇ ਨੌਜਵਾਨ ਜਿਹੜੇ ਵਿਗੜੇ ਹੋਏ ਨੇ, ਉਹ ਕੁੱਤਿਆਂ ਤੋਂ ਵੀ ਭੈੜੇ ਹੋ ਗਏ। ਉਹ ਨੌਜਵਾਨ ਬੱਚੀਆਂ ਦੀਆਂ ਬੋਟੀਆਂ ਨੋਚਣਾ ਚਾਹੁੰਦੇ ਨੇ, ਉਹ ਸਮੈਕ ਪੀਣ ਵਾਲੇ, ਉਹ ਜਿਹੜੇ ਧੋਖੇਬਾਜ਼ ਹੈ, ਜਿਹੜੇ ਆਪਣੇ ਮਾਂ ਬਾਪ ਦੇ ਨਹੀਂ ਬਣੇ, ਗੁਰੂ ਦੇ ਨਹੀਂ ਬਣੇ, ਉਹ ਦੂਸਰੇ ਦੇ ਕਿਵੇਂ ਹੋ ਸਕਦੇ? ਸੋ ਉਹਨਾਂ ਕੋਲੋਂ ਸਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ। ਉਹਨਾਂ ਪਸ਼ੂਆਂ ਤੋਂ, ਉਹਨਾਂ ਜਾਨਵਰਾਂ ਤੋਂ ਵੀ ਭੈੜੇ ਬਣ ਚੁੱਕੇ ਨੇ, ਜਿਹੜੇ ਆਪਣੇ ਘਰ ਦੇ ਵਿੱਚ ਮਾਂ ਬਾਪ ਦੀ ਇੱਜ਼ਤ ਨਹੀਂ ਕਰਦੇ, ਘਰੋਂ ਚੋਰੀ ਕਰਕੇ ਅਤੇ ਸਮੈਕ ਜਾ ਕੇ ਪੀ ਲੈਂਦੇ ਨੇ,
ਅਸੀਂ ਕੀ ਕਹਾਂਗੇ ਕਿ ਉਹਨਾਂ ਦੇ ਕੋਲ ਕੋਈ ਜੀਵਨ ਹੈ। ਇਸ ਲਈ ਅਸੀਂ ਉਹਨਾਂ ਗਾਉਣ ਵਾਲਿਆਂ ਦਾ, ਉਹਨਾਂ ਨਚਾਰਾਂ ਦਾ ਸਾਥ ਛੱਡੀਏ ਜਿਹੜੇ ਖੁਦ ਆਪ ਚਿਲਮਾਂ ਫੂਕਦੇ ਨੇ, ਆਪ ਬੀੜੀਆਂ ਸਿਗਰਟਾਂ ਪੀਂਦੇ ਨੇ, ਆਪ ਭੰਗ ਪੀਂਦੇ ਹੋਣ, ਸ਼ਰਾਬਾਂ ਪੀਂਦੇ ਹੋਣ, ਅਤੇ ਅਸੀਂ ਉਹਨਾਂ ਦੇ ਨਾਲ ਪੂਰਾ ਸਾਥ ਦੇ ਰਹੇ ਹੁੰਦੇ ਹਾਂ। ਜਦੋਂ ਵੀ ਕੋਈ ਖੁਸ਼ੀ ਗਮੀ ਦਾ ਮੌਕਾ ਹੋਵੇ ਤਾਂ ਅਸੀਂ ਮਹਿੰਗੇ ਤੋਂ ਮਹਿੰਗਾ ਗਾਉਣ ਵਾਲਾ, ਨੱਚਣ ਵਾਲਾ ਲੈ ਕੇ ਆਉਂਦੇ ਹਾਂ। ਸਾਨੂੰ ਅਸਲ ਵਿੱਚ ਜ਼ਿੰਦਗੀ ਜਿਉਣੀ ਭੁੱਲ ਚੁੱਕੀ ਹੈ। ਜੇ ਜ਼ਿੰਦਗੀ ਜਿਉਣੀ ਹੈ ਤਾਂ ਫਿਰ ਗੁਰਦੇਵ ਜੀ ਕਹਿੰਦੇ ਨੇ, ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ, ਸਲੀਕਾ ਸਿੱਖ ਕਿ ਜ਼ਿੰਦਗੀ ਕਿਵੇਂ ਜੀਵਦੀ ਹੈ। ਐਵੇਂ ਨਹੀਂ ਜਾਨਵਰਾਂ ਦੀ ਤਰ੍ਹਾਂ ਕਿ ਲੋਕ ਤੇਰੇ ਕੋਲ ਡਰਦੇ ਰਹਿਣ ਕਿ ਇਹਨੂੰ ਘਰ ਦੀ ਦਹਿਲੀਜ਼ ਨਾ ਗਾਹ ਲੰਘਣ ਦਿਓ, ਇਹਦੀ ਨਜ਼ਰ ਬਹੁਤ ਭੈੜੀ ਹੈ, ਬੋਲਦਾ ਬਹੁਤ ਮਾੜਾ ਹੈ, ਇਹ ਘਰਾਂ ਦੇ ਵਿੱਚ ਫਿੱਕ ਪਵਾ ਦਿੰਦਾ ਹੈ, ਕੰਧਾਂ ਖੜੀਆਂ ਕਰਵਾ ਦਿੰਦਾ ਹੈ, ਇਸ ਬੰਦੇ ਕੋਲ ਬਚ ਕੇ ਰਹੋ, ਇਸ ਤਰ੍ਹਾਂ ਦਾ ਸੁਭਾਅ ਨਾ ਲੈ ਕੇ ਤੁਰੇ ਫਿਰੀਏ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ, ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਜੇ ਇਹਨਾਂ ਦੁੱਖਾਂ ਕਲੇਸ਼ਾਂ ਤੋਂ, ਘਰਾਂ ਦੇ ਅੰਦਰ ਜਿਹੜੇ ਕਲੇਸ਼ ਪਏ ਹੋਏ ਨੇ, ਬੇਤਪਾਤੀ ਹੈ, ਤ੍ਰਿੜਾ ਨੇ, ਬੇਵਿਸ਼ਵਾਸੀ ਹੈ, ਜੇ ਉਸ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਫਿਰ ਗੁਰੂ ਦੇ ਨੇੜੇ ਹੋਈਏ, ਗੁਰਬਾਣੀ ਦੇ ਨੇੜੇ ਹੋਈਏ। ਹੁਣ ਤੱਕ ਅਸੀਂ ਨਮਸਕਾਰਾਂ ਬਹੁਤ ਕਰ ਲਈਆਂ, ਰੁਮਾਲੇ ਬਹੁਤ ਭੇਟਾ ਕਰ ਲਏ, ਸੇਵਾ ਬਹੁਤ ਕਰ ਲਈਆਂ, ਪਰ ਹੁਣ ਅਸਲ ਸੇਵਾ ਹੈ ਜਿਹੜੀ, ਉਹ ਹੈ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਜੀਵਨ ਦੇ ਅੰਦਰ ਅਪਣਾਉਣਾ। ਬਹੁਤ ਧੰਨਵਾਦ ਹੈ ਭਾਈ ਸਰਬਜੀਤ ਸਿੰਘ ਜੀ ਧੁੰਦਾ ਜੀ ਦਾ, ਜਿਨ੍ਹਾਂ ਨੇ ਬਹੁਤ ਸਾਰੀਆਂ ਸਮਾਜਿਕ ਬੁਰਿਆਈਆਂ ਸਾਡੇ ਸਾਹਮਣੇ ਰੱਖੀਆਂ ਔਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਅਮੋਲਕ ਬਚਨ ਸਾਡੇ ਨਾਲ ਸਾਂਝੇ ਕੀਤੇ, ਗੁਰੂ ਨਾਲ ਜੁੜਨ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਹੈ ਜੀ। ਅਗਲਾ ਕੁਝ ਸਮਾਂ ਅਸੀਂ ਇੱਥੇ ਸਵਾਲ ਜਵਾਬ ਲਈ ਰੱਖਿਆ ਹੈ। ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਪੰਨਵਾਂ, ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਔਰ ਭਾਈ ਸੁਖਵਿੰਦਰ ਸਿੰਘ ਜੀ ਦੇ ਦੇਹਰ, ਦੋਵੇਂ ਸੱਜਣ ਸਟੇਜ ਉੱਪਰ ਆ ਜਾਣ ਜੀ। ਕੁਝ ਸੰਗਤਾਂ ਦੇ ਜਿਹੜੇ ਮਨਾਂ ਦੇ ਸਵਾਲ ਜਾਂ ਸ਼ੰਕੇ ਨੇ, ਉਹਨਾਂ ਨੂੰ ਇੱਥੇ ਅਸੀਂ ਵਿਚਾਰਨ ਦਾ ਯਤਨ ਕਰਾਂਗੇ ਜਿੰਨਾ ਕੁ ਸਮਾਂ ਹੈ, ਕਿਉਂਕਿ ਕੱਲ੍ਹ ਵੀ ਤੁਹਾਡੇ ਨੇੜੇ ਕਾਦੀ ਮਾਜਰਾ ਵਿਖੇ, ਕੱਲ੍ਹ ਨੂੰ ਉੱਥੇ ਦੀਵਾਨ ਹੈ, ਜਿਹੜੇ ਸਵਾਲ ਬਚ ਜਾਣਗੇ ਅਸੀਂ ਉੱਥੇ ਉਹਨਾਂ ਦੇ ਜਵਾਬ ਦੇਣ ਦਾ ਯਤਨ ਕਰਾਂਗੇ। ਭਾਵੇਂ ਕਿ ਅਜੇ ਸੰਗਤ ਵੱਲੋਂ ਸਾਡੇ ਪਾਸ ਕੋਈ ਸਵਾਲ ਨਹੀਂ ਪਹੁੰਚਿਆ, ਅਸੀਂ ਬੇਨਤੀ ਕਰਦੇ ਹਾਂ ਕਿ ਆਪ ਜੀ ਲਿਖਤੀ ਤੌਰ 'ਤੇ ਸਾਡੇ ਪਾਸ ਇੱਥੇ ਸਵਾਲ ਭੇਜ ਦਿਓ ਜੀ। ਮੈਂ ਪਹਿਲੇ ਦੀਵਾਨਾਂ ਦੇ ਵਿੱਚੋਂ ਇੱਕ ਸਵਾਲ ਇੱਥੇ ਰੱਖ ਕੇ ਅਤੇ ਸ਼ੁਰੂਆਤ ਕਰ ਦਿੰਦਾ ਹਾਂ, ਬਾਕੀ ਸਵਾਲ ਸਥਾਨਕ ਸੰਗਤ ਦੇ ਹੋਣ ਤਾਂ ਵਧੀਆ ਗੱਲ ਹੈ ਜੀ। ਸਵਾਲ ਹੈ ਜੀ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਔਰ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੋਣ ਵਾਸਤੇ ਆਉਂਦੀ ਹੈ, ਤਾਂ ਕੁਝ ਅਰਦਾਸੀਏ ਸਿੰਘ ਤਾਂ ਦਰ ਪ੍ਰਵਾਨ ਹੋਵੇ ਕਹਿੰਦੇ ਨੇ ਅਤੇ ਕੋਈ ਭੋਗ ਲਾਉਣਾ ਕਹਿੰਦੇ ਨੇ। ਸੋ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚੋਂ ਕਿਹੜੀ ਗੱਲ ਠੀਕ ਹੈ ਜੀ, ਦਰ ਪ੍ਰਵਾਨ ਹੋਵੇ ਜਾਂ ਭੋਗ ਲਾਉਣਾ ਜਿਹੜਾ ਲਫ਼ਜ਼ ਹੈ ਇਹ ਸਾਨੂੰ ਵਰਤਣਾ ਚਾਹੀਦਾ ਕਿ ਨਹੀਂ ਜੀ? ਗੁਰੂ ਪਿਆਰਿਓ, ਸਨੇਮਰ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੰਦਰਾਂ ਦੇ ਵਿੱਚ ਪੱਥਰ ਦੀ ਮੂਰਤੀ ਹੁੰਦੀ ਹੈ ਅਤੇ ਲੋਕ ਕੜਾਹ ਪ੍ਰਸ਼ਾਦ, ਪੰਜੀਰੀ, ਚਾਵਲ, ਦਾਲ, ਜਿਸ ਨੂੰ ਕਬੀਰ ਸਾਹਿਬ ਜੀ ਨੇ ਆਸਾ ਰਾਗ ਅੰਦਰ ਪਾਤੀ ਤੋਰੇ ਮਾਲਨੀ ਦੇ ਸ਼ਬਦ ਵਿੱਚ ਅੰਕਿਤ ਕੀਤਾ, ਇਹ ਸਮਾਨ ਲੋਕ ਮੰਦਰ ਵਿੱਚ ਲੈ ਕੇ ਜਾਂਦੇ ਸੀ ਅਤੇ ਪੁਜਾਰੀ ਕਹਿੰਦਾ ਸੀ ਜਿਹੜੀ ਮੂਰਤੀ ਹੈ ਇਹਨੂੰ ਭੋਗ ਲੱਗਦਾ, ਭਾਵ ਇਹ ਪੰਜੀਰੀ ਇਤਿਆਦਕ ਛਕਦੀ ਹੈ। ਉਹ ਕੀ ਕਰਦਾ ਸੀ ਕਿ ਚੁਟਕੀ ਉਹਨੇ ਚੁੱਕਣੀ, ਜਿਹੜੀ ਮੂਰਤੀ ਉਹਦੇ ਮੂੰਹ ਨੂੰ ਲਾ ਦੇਣੀ, ਬਾਕੀ ਆਪਣੇ ਟੱਬਰ ਦੇ ਜੀਆਂ ਨੂੰ ਆਵਾਜ਼ਾਂ ਮਾਰਨੀ ਵੀ ਆ ਜਾਓ ਪੰਜੀਰੀ ਬਦਾਮਾਂ ਵਾਲੀ ਆਈ ਆ, ਆਰਾਮ ਨਾਲ ਆਣ ਕੇ ਛਕ ਲਓ।
ਅਤੇ ਸਿੱਖੀ ਦੇ ਵਿੱਚ ਗੁਰੂ ਪਿਆਰ ਵਾਲਿਓ ਇਹ ਜਿਹੜੀ ਗੱਲ ਹੈ ਇਹਨੂੰ ਮਨਮਤ ਮੰਨਿਆ ਗਿਆ ਆ। ਸਿੱਖੀ ਦੇ ਵਿੱਚ ਇਹ ਗੱਲ ਕਹੀ ਗਈ ਕਿ ਕੜਾਹ ਪ੍ਰਸ਼ਾਦ ਜਿਹੜਾ ਵੀ ਉਹ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਵਾਲਾ ਸ਼ਬਦ ਕਿਉਂ ਚੁਣਿਆ ਗਿਆ? ਕਿਉਂਕਿ ਜਿਸ ਤਰ੍ਹਾਂ ਮੰਦਰਾਂ ਵਿੱਚ ਸਮਾਨ ਆਉਂਦਾ ਸੀ, ਇਸ ਤਰ੍ਹਾਂ ਗੁਰਦੁਆਰਿਆਂ ਵਿੱਚ ਵੀ ਇਹ ਸਮਾਨ, ਕਾਲੇ ਛੋਲੇ, ਕੇਲੇ, ਸੇਬ, ਜਲੇਬੀਆਂ, ਬਰਫੀ, ਬਿਸਕੁਟ ਇਤਿਆਦਿਕ ਗੁਰੂ ਦੀ ਗੋਦ ਵਿੱਚ ਲਿਆ ਕੇ ਕੜਾਹ ਪ੍ਰਸ਼ਾਦ ਦੇ ਬਰਾਬਰ ਰੱਖ ਦੇਣਾ। ਅਤੇ ਫਿਰ ਇਹ ਸਾਡੇ ਪੁਰਖਿਆਂ ਨੇ, ਵਿਦਵਾਨਾਂ ਨੇ ਫੈਸਲਾ ਕੀਤਾ ਕਿ ਇਹ ਤਮਾਮ ਵਸਤੂਆਂ ਲੰਗਰ ਵਿੱਚ ਜਾਣੀਆਂ ਚਾਹੀਦੀਆਂ ਨੇ, ਇੱਥੇ ਕੇਵਲ ਦੇ ਕੇਵਲ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੋਵੇ। ਇਸ ਵਾਸਤੇ ਸਾਨੂੰ ਸ਼ਬਦ ਦਰ ਪ੍ਰਵਾਨ ਕਰਨਾ ਚਾਹੀਦਾ, ਨਾ ਕਿ ਆਪ ਜੀ ਨੂੰ ਭੋਗ ਲੱਗੇ। ਇਹ ਜਿਹੜੀ ਗੱਲ ਹੈ ਇਹ ਮਨਮਤ ਹੈ। ਇਸ ਦੇ ਇਲਾਵਾ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਅਸੀਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਵਾਲੇ ਹਾਲ 'ਚ ਲੈ ਕੇ ਉਹਨਾਂ 'ਤੇ ਉਹਦੇ ਅੱਗੇ ਪਾਣੀ ਤਰੌਂਕਣ ਦੀ ਲੋੜ ਨਹੀਂ। ਹਾਂ, ਸਾਫ਼ ਸੁਥਰੀ ਜਗ੍ਹਾ ਹੋਣੀ ਚਾਹੀਦੀ ਹੈ, ਵੀ ਘੱਟਾ ਮਿੱਟੀ ਬੈਠਾ ਹੋਣਾ ਚਾਹੀਦਾ, ਵੀ ਪਹਿਲਾਂ ਪਾਣੀ ਪਹਿਲਾਂ ਛਿੜਕਾਅ ਹੋਣਾ ਚਾਹੀਦਾ, ਜਿਵੇਂ ਬਾਹਰ ਮਿੱਟੀ ਤਿਆਰ ਕੁੜਦੀ ਹੈ, ਵੀ ਜੇ ਆਪਾਂ ਸ਼ਾਮ ਨੂੰ ਛਿੜਕਾਅ ਕਰ ਲਈਏ ਕੋਈ ਮਾੜੀ ਗੱਲ ਨਹੀਂ। ਤੁਬਕਾ ਤੁਬਕਾ ਪਾਣੀ ਤਰੌਂਕਦੇ ਆਉਣਾ ਗੁਰੂ ਪਿਆਰ ਵਾਲੇ, ਇਹਦਾ ਅਰਥ ਹੈ ਕਿ ਜਿਹੜਾ ਸ਼ਨਿਸ਼ਰ ਦੇਵਤਾ ਵੀ ਉਹਦੀ ਪੂਜਾ, ਵਰਨ ਦੇਵਤੇ ਦੀ ਪੂਜਾ, ਵੀ ਬਾਕੀ ਬਲਾਵਾਂ ਪਿੱਛੇ ਰਹਿ ਜਾਣ, ਪਾਣੀ ਅੱਗੇ ਚਲਿਆ ਜਾਵੇ, ਅਤੇ ਉਹ ਪਾਣੀ ਛਿੜਕਣ ਦੇ ਨਾਲ ਬਾਕੀ ਬਲਾਵਾਂ ਪਿੱਛੇ ਰਹਿ ਜਾਂਦੀਆਂ ਨੇ। ਇਸ ਵਾਸਤੇ ਨਾ ਇਹ ਸਾਡੀ ਮਨਮਤ ਹੈ ਜਾਂ ਸਾਡੀ ਅਗਿਆਨਤਾ ਆ, ਇਸ ਅਗਿਆਨਤਾ ਵਿੱਚੋਂ ਕੱਢਣ ਵਾਸਤੇ ਜਿੱਥੇ ਅੱਜ ਦੇ ਨੌਜਵਾਨ ਵੀਰਾਂ ਨੇ ਇਹ ਦੀਵਾਨ ਸਜਾਇਆ ਹੈ, ਉੱਥੇ ਜਿਵੇਂ ਧੁੰਦਾ ਜੀ ਆਪ ਸੰਗਤ ਦੇ ਸਾਹਮਣੇ ਵਿਚਾਰ ਰੱਖ ਕੇ ਗਏ ਨੇ ਕਿ ਬਾਹਰ ਪੁਸਤਕਾਂ ਸਟਾਲ ਲੱਗਾ ਹੋਇਆ, ਤੁਸੀਂ ਪੁਸਤਕਾਂ ਜ਼ਰੂਰ ਲੈ ਕੇ ਜਾਓ ਤਾਂ ਕਿ ਸਾਨੂੰ ਗਿਆਨ ਆਵੇ। ਗੁਰੂ ਗ੍ਰੰਥ ਸਾਹਿਬ ਸਾਰਾ ਗਿਆਨ, ਇਸ ਗਿਆਨ ਦੇ ਵਿੱਚੋਂ ਹੀ ਕਰਮਕਾਂਡ ਸਾਡੇ ਘਰਾਂ ਦੇ ਖਤਮ ਹੋਣੇ ਨੇ। ਇਸ ਵਾਸਤੇ ਗੁਰੂ ਪਿਆਰਿਓ ਕੜਾਹ ਪ੍ਰਸ਼ਾਦ ਦੀ ਦੇਗ ਦਰ ਪ੍ਰਵਾਨ ਹੋਵੇ। ਇਹਦੇ ਨਾਲ ਦਾ ਸਵਾਲ ਵੀ ਕਿਰਪਾਨ ਕਦੋਂ ਭੇਟ ਕਰਨੀ ਚਾਹੀਦੀ ਹੈ? ਪੰਥ ਪ੍ਰਵਾਨ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਕੜਾਹ ਪ੍ਰਸ਼ਾਦ ਵਰਤਾਉਣਾ ਆ, ਭਾਵ ਅਰਦਾਸ ਹੋ ਜਾਵੇ, ਮੁੱਖ ਵਾਕ ਹੋ ਜਾਵੇ, ਜਦੋਂ ਕੜਾਹ ਪ੍ਰਸ਼ਾਦ ਵਰਤਾਉਣਾ ਹੈ ਉਦੋਂ ਕੜਾਹ ਜਿਹੜੀ ਕਿਰਪਾਨ ਹੈ ਵੀ ਭੇਟ ਕਰਨੀ ਚਾਹੀਦੀ ਹੈ। ਅਤੇ ਕਈ ਦਾ ਉਹਦੇ 'ਤੇ ਮਧਾਣੀ ਚੀਰਾ ਇਤਿਆਦਿਕ ਪਾਉਂਦੇ, ਨਹੀਂ ਆਰਾਮ ਨਾਲ ਭੇਟ ਕਰ ਦਿਓ, ਵੀ ਉਹ ਵਹਿਮ ਵਾਲੀ ਕੋਈ ਗੱਲ ਕੋਈ ਬਾਤ ਨਹੀਂ ਹੈ। ਕਈ ਵਾਰੀ ਅਰਦਾਸੀ ਅਰਦਾਸ ਕਰਨ ਵਾਸਤੇ ਖੜ੍ਹਾ ਹੁੰਦਾ ਅਤੇ ਕੋਲ ਬੰਦਾ ਸਿਰੇ ਸਾਹਿਬ ਫੜ ਕੇ ਖੜ੍ਹਾ ਹੁੰਦਾ ਆ, ਉਹਨੂੰ ਚੇਤਾ ਭੁੱਲ ਜਾਂਦਾ, ਉਹਦੀ ਸੁਰਤੀ ਲੱਗੀ ਹੁੰਦੀ ਹੈ, ਪਤਾ ਨਹੀਂ ਨਿਆਣੇ ਮੋਟਰ ਛੱਡੀ ਹੈ ਕਿ ਨਹੀਂ ਛੱਡੀ, ਫਿਰ ਦੂਰੋਂ ਅਰਦਾਸ ਹੋਏ ਇਸ਼ਾਰੇ ਕਰੀ ਜਾਣ, ਉਹ ਲਾ ਲਾ ਛੇਤੀ ਕਰ ਛੇਤੀ ਕਰ, ਭੱਜ ਕੇ ਜਾ। ਇਸ ਵਾਸਤੇ ਗੁਰੂ ਪਿਆਰ ਵਾਲੇ ਉਹਦੇ ਵਿੱਚ ਲਿਖਿਆ ਹੋਇਆ ਆ ਵੀ ਜਦੋਂ ਕੜਾਹ ਪ੍ਰਸ਼ਾਦ ਵਰਤਾਉਣਾ ਹੈ ਉਦੋਂ ਸ੍ਰੀ ਸਾਹਿਬ ਜਿਹੜੀ ਆ ਕਿਰਪਾਨ ਹੈ ਵੀ ਉਹ ਕੜਾਹ ਪ੍ਰਸ਼ਾਦ ਨੂੰ ਭੇਟ ਕਰਨੀ ਹੈ। ਹਾਂਜੀ, ਅਗਲਾ ਸਵਾਲ ਸਰਵਣ ਕਰੋ ਜੀ। ਸਵਾਲ ਭਾਵੇਂ ਸਾਡੇ ਕੋਲ ਸਥਾਨਕ ਨਹੀਂ ਪਹੁੰਚੇ, ਮੈਂ ਦੋ ਸਵਾਲ ਇਕੱਠੇ ਕਰ ਦਿੰਦਾ ਹਾਂ ਜੀ, ਔਰ ਮਹੱਤਵਪੂਰਨ ਨੇ ਅਤੇ ਉਪਰੰਤ ਸਮਾਪਤੀ ਹੈ ਜੀ। ਇੱਕ ਭਾਈ ਸਾਹਿਬ ਹੋਣਾ ਨੇ ਕਿਹਾ ਕਿ ਕੀ ਅਸੀਂ ਇਸ ਤਰ੍ਹਾਂ ਸਵਾਲ ਕਰ ਸਕਦੇ ਹਾਂ? ਬਿਲਕੁਲ ਕੀਤੇ ਜਾ ਸਕਦੇ ਨੇ ਜੀ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇੱਥੋਂ ਤੱਕ ਕਿ ਗੁਰੂ ਸਾਹਿਬਾਨ ਦੇ ਪਾਸ ਵੀ ਸਿੱਖ ਜਿਹੜੇ ਸਨ ਜਗਿਆਸੂ, ਉਹ ਆਪਣੇ ਸ਼ੰਕੇ ਜਾਂ ਜਿਹੜੇ ਸਵਾਲ ਨੇ ਉਹ ਸਤਿਗੁਰੂ ਜੀ ਦੇ ਸਨਮੁੱਖ ਰੱਖ ਕੇ ਅਤੇ ਉਹਨਾਂ ਕੋਲ ਹੱਲ ਕਰਵਾਉਂਦੇ ਰਹੇ ਨੇ, ਜਾਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਉਹਨਾਂ ਦੇ ਨਾਲ ਜਾ ਕੇ ਵਿਚਾਰ ਕਰਦੇ ਰਹੇ ਨੇ। ਔਰ ਪ੍ਰਚਾਰਕ ਦਾ ਫਰਜ਼ ਇਹ ਹੁੰਦਾ ਹੈ ਕਿ ਜੇ ਆਮ ਸੰਗਤ, ਕਿਉਂਕਿ ਨਾ ਤਾਂ ਗੁਰਬਾਣੀ ਨੂੰ ਆਪ ਬਹੁਤੀ ਪੜ੍ਹਦੀ ਹੈ, ਨਾ ਬਹੁਤੀ ਸਮਝਦੀ ਹੈ, ਨਾ ਇਤਿਹਾਸ ਨੂੰ ਬਹੁਤਾ ਜਾਣਦੀ ਹੈ, ਇਸ ਕਰਕੇ ਜਿਹੜਾ ਪ੍ਰਚਾਰਕ ਹੁੰਦਾ ਹੈ ਉਹ ਉਸ ਚੀਜ਼ ਨੂੰ ਸੌਖੀਆਂ ਥੋੜ੍ਹੇ ਸਮੇਂ ਦੇ ਵਿੱਚ ਦੱਸਣ ਦਾ ਯਤਨ ਕਰਦਾ ਹੈ। ਔਰ ਗੁਰਬਾਣੀ ਵੀ ਬਹੁਤੀ ਹੈ ਜਿਹੜੀ ਉਹ ਸਤਿਗੁਰੂ ਜੀ ਨੇ ਸਵਾਲ ਜਵਾਬ ਬਣਾ ਕੇ ਅਤੇ ਪੇਸ਼ ਕੀਤੀ ਹੈ। ਜਿਵੇਂ ਜਪਜੀ ਸਾਹਿਬ ਅੰਦਰ ਅਸੀਂ ਪੜ੍ਹਦੇ ਹਾਂ ਕਿਵ ਸਚਿਆਰਾ ਹੋਈ ਹੈ, ਇਹ ਸਵਾਲ ਹੈ। ਸਤ ਸੰਗਤ ਕੈਸੀ ਜਾਣੀਏ, ਮਾਇਆ ਕਿਸ ਨੂੰ ਆਖੀਏ, ਇਹ ਸਤਿਗੁਰੂ ਜੀ ਨੇ ਸਵਾਲ ਪੈਦਾ ਕੀਤੇ ਅਤੇ ਨਾਲ ਵੀ ਉਹਨਾਂ ਦੇ ਜਵਾਬ ਵੀ ਦਿੱਤੇ। ਇਸ ਕਰਕੇ ਸਵਾਲ ਕਰਨਾ ਕੋਈ ਇਹ ਮਨਮਤ ਨਹੀਂ ਹੈ, ਇਸ ਕਰਕੇ ਜਿਹੜੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਜੀ। ਦੋ ਸਵਾਲ ਨੇ ਜੀ, ਇੱਕ ਸਵਾਲ ਅੱਜ ਕੱਲ੍ਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ,
ਕਿਉਂਕਿ ਬਹੁਤ ਸਾਰੇ ਐਸੇ ਸੰਪਰਦਾਇ ਲੋਕ ਨੇ ਜਿਹੜੇ ਇਸ ਤਰ੍ਹਾਂ ਦਾ ਭਰਮ ਪਾਲਦੇ ਨੇ ਔਰ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ ਕਿ ਬੀਬੀਆਂ ਜਦੋਂ ਕੁਦਰਤੀ ਨਿਯਮ ਅਨੁਸਾਰ ਮੰਥਲੀ ਪੀਰੀਅਡ ਆਉਂਦੇ ਨੇ ਤਾਂ ਉਹਨਾਂ ਵੱਲੋਂ ਇਹ ਭਰਮ ਪਾਇਆ ਜਾ ਰਿਹਾ ਹੈ ਕਿ ਉਹ ਅਪਵਿੱਤਰ ਹੋ ਜਾਂਦੀਆਂ ਨੇ, ਉਹ ਗੁਰਦੁਆਰਾ ਸਾਹਿਬ ਬਣ ਕੇ ਨਹੀਂ ਬੈਠ ਸਕਦੀਆਂ ਜਾਂ ਬਾਣੀ ਨਹੀਂ ਪੜ੍ਹ ਸਕਦੀਆਂ ਜਾਂ ਸੇਵਾ ਨਹੀਂ ਕਰ ਸਕਦੀਆਂ। ਇਸ ਤਰ੍ਹਾਂ ਦੇ ਜਿਹੜੇ ਭਰਮ ਨੇ ਉਹ ਸੰਪਰਦਾਇ ਲੋਕਾਂ ਵੱਲੋਂ ਪਾਏ ਜਾ ਰਹੇ ਨੇ। ਆ ਥੋੜ੍ਹੇ ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ 'ਤੇ ਇਸ ਤਰ੍ਹਾਂ ਦਾ ਕਾਫੀ ਖਿਲਾਰਾ ਪਿਆ। ਮੈਂ ਗਿਆਨੀ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਪੱਖ ਦੇ ਉੱਤੇ ਵੀ ਵਿਚਾਰ ਪੇਸ਼ ਕਰਨ। ਅਤੇ ਅਖੀਰਲਾ ਕਿ ਸੰਤ ਅਤੇ ਬ੍ਰਹਮ ਗਿਆਨੀ ਇਹ ਲਫ਼ਜ਼ ਕਿ ਆਮ ਇਨਸਾਨ ਆਪਣੇ ਨਾਮ ਦੇ ਨਾਲ ਵਰਤ ਸਕਦਾ ਹੈ ਜਾਂ ਇਹਦੀ ਵਰਤੋਂ ਕਦੋਂ ਸ਼ੁਰੂ ਹੋਈ ਔਰ ਗੁਰਬਾਣੀ ਦੇ ਅੰਦਰ ਇਹ ਸ਼ਬਦ ਕਿਸ ਭਾਵ ਦੇ ਅੰਦਰ ਵਰਤਿਆ ਗਿਆ ਹੈ ਜੀ। ਇਸ ਉਪਰੰਤ ਸਮਾਪਤੀ ਹੈ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਗਈ ਹੈ ਕਿ ਇਸ ਦੀਵਾਨ ਨੂੰ ਜੇਕਰ ਤੁਸੀਂ ਬਾਅਦ ਵਿੱਚ ਸੁਣਨਾ ਚਾਹੋ ਜਾਂ ਰੋਜ਼ਾਨਾ ਜਿਹੜੇ ਦੀਵਾਨ ਹੁੰਦੇ ਨੇ ਉਹਨਾਂ ਨੂੰ ਤੁਸੀਂ ਲਾਈਵ ਸਿੱਖੀ ਲੈ ਰੇਡੀਓ ਦੇ ਉੱਤੇ ਸੁਣ ਸਕਦੇ ਹੋ। ਆਈਫੋਨ ਜਾਂ ਐਂਡਰਾਇਡ ਫੋਨ ਦੋਵਾਂ ਦੀਆਂ ਐਪਲੀਕੇਸ਼ਨ ਬਣੀਆਂ ਹੋਈਆਂ ਨੇ, ਪਲੇ ਸਟੋਰ ਵਿੱਚ ਜਾ ਕੇ ਅਤੇ ਇਹ ਰੇਡੀਓ ਡਾਊਨਲੋਡ ਕੀਤਾ ਜਾ ਸਕਦਾ ਹੈ। ਔਰ ਬਾਹਰ ਕਿਤਾਬਾਂ ਦਾ ਸਟਾਲ ਲੱਗਾ ਜਿੱਥੇ ਕਿ ਗਿਆਨੀ ਜੀ ਹੋਣਾਂ ਦੀਆਂ 5 ਪੁਸਤਕਾਂ ਉੱਥੇ ਮੌਜੂਦ ਨੇ। ਬਹੁਤ ਸਾਰੀਆਂ ਜਿਹੜੀਆਂ ਮਨਮਤਾਂ ਨੇ ਉਹਨਾਂ ਦੇ ਉੱਤੇ ਕਰਾਰੀ ਚੋਟ ਕਰਦੀਆਂ ਨੇ। ਔਰ ਸਿੱਖ ਰਹਿਤ ਮਰਜ਼ਾਦਾ ਦੀ ਵਿਆਖਿਆ ਭਾਈ ਹਰਜਿੰਦਰ ਸਿੰਘ ਦੀ ਕਿਤਾਬ ਹੈ। ਇੱਕ ਨਵੀਂ ਪੁਸਤਕ ਅਜੇ ਕੱਲ੍ਹ ਹੀ ਅਸੀਂ ਰਿਲੀਜ਼ ਕੀਤੀ ਹੈ। ਜਿੰਨੇ ਵੀ ਦੁਨੀਆ ਭਰ ਦੇ ਵਿੱਚ ਸਰੋਤੇ ਇਸ ਸਮੇਂ ਰੇਡੀਓ ਨੂੰ ਸੁਣ ਰਹੇ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਅਤੇ ਆਪ ਜੀ ਦੇ ਗਿਆਨ ਤੇ ਦੱਸਣਾ ਚਾਹੁੰਦੇ ਹਾਂ ਕਿ ਭਾਈ ਸੁਖਵਿੰਦਰ ਸਿੰਘ ਜੀ ਦਦੇਹਰ ਉਹਨਾਂ ਵੱਲੋਂ ਪਲੇਠੀ ਪੁਸਤਕ ਕਾਬੋ ਹੰਸ ਉਹ ਕੱਲ੍ਹ ਰਿਲੀਜ਼ ਕੀਤੀ ਗਈ ਹੈ ਔਰ ਸਟਾਲ ਦੇ ਉੱਤੇ ਮੌਜੂਦ ਹੈ। ਬਹੁਤ ਸਾਰੇ ਜਿਹੜੇ ਔਖੇ ਵਿਸ਼ੇ ਸਨ ਉਹਨਾਂ ਨੇ ਬੜੇ ਸੁਖਾਲੇ ਕਰਕੇ ਗੁਰਬਾਣੀ ਦੇ ਅਰਥ ਭਾਵ ਜਿਹੜੇ ਹੈ ਉਹ ਸੁਖੈਨ ਤਰੀਕੇ ਨਾਲ ਕਰਕੇ ਉਸ ਪੁਸਤਕ ਦੇ ਰਾਹੀਂ ਪੇਸ਼ ਕੀਤੇ ਨੇ। ਬੇਨਤੀ ਕਰਾਂਗੇ ਕਿ ਜਾਣ ਲੱਗਿਆਂ ਇੱਕ ਇੱਕ ਦੋ ਦੋ ਕਿਤਾਬਾਂ ਜ਼ਰੂਰ ਲੈ ਕੇ ਜਾਓ। ਬਹੁਤ ਛੋਟੀ ਜਿਹੀ ਪੁਸਤਕ ਹੈ। ਆਸ ਕਰਦੇ ਹਾਂ ਕਿ ਆਪ ਜੀ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਜੀ। ਗੁਰੂ ਪਿਆਰਿਓ, ਪਹਿਲਾ ਸਵਾਲ ਸਤਿਕਾਰਯੋਗ ਮਾਤਾਵਾਂ ਭੈਣਾਂ ਨਾਲ ਸੰਬੰਧ ਰੱਖਦਾ ਹੈ। ਰੂੜੀਵਾਦੀ ਸੋਚ ਦੇ ਲੋਕ ਜਾਂ ਸੰਪਰਦਾਇ ਲੋਕ ਜਾਂ ਸਾਧ ਲੋਕ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਵਿਆਹ ਨਹੀਂ ਕਰਾਇਆ, ਉਹਨਾਂ ਨੂੰ ਕਈ ਵਾਰੀ ਇਹੋ ਜਿਹੇ ਮਾਤੇ ਆਉਂਦੀ ਆ ਜਾਂ ਇਹੋ ਜਿਹੀ ਗੱਲ ਫੁਰਦੀ ਆ ਵੀ ਜਿਹਦੇ ਨਾਲ ਸਾਡੀ ਭਲ ਬਣ, ਜਿਹੜੇ ਲੋਕ ਹਨ ਬੱਲੇ ਬੱਲੇ ਵੀ ਇਹ ਬੜਾ ਵੱਡਾ ਬ੍ਰਹਮ ਗਿਆਨੀਆਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ। ਗੁਰੂ ਪਿਆਰਿਓ, ਇਹ ਮਾਤਾਵਾਂ ਭੈਣਾਂ ਦਾ ਜਿਹੜਾ ਇਹ ਧਰਮ ਹੈ ਮੰਥਲੀ, ਇਹ ਕੁਦਰਤੀ ਪ੍ਰਕਿਰਿਆ ਹੈ ਅਤੇ ਕੁਦਰਤੀ ਪ੍ਰਕਿਰਿਆ ਆਉਣ ਦੇ ਨਾਲ ਕੋਈ ਵੀ ਅਪਵਿੱਤਰ ਨਹੀਂ ਹੋ ਸਕਦਾ। ਇਸ ਵਾਸਤੇ ਇਹਦੇ ਨਾਲ ਅਪਵਿੱਤਰਤਾ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ, ਕੁਦਰਤੀ ਪ੍ਰਕਿਰਿਆ। ਹੁਣ ਦੇਖੋ, ਬਹੁਤ ਸਾਰੇ ਬੱਚਿਆਂ ਨੂੰ ਡੈਪਰ ਲੱਗੇ ਹੁੰਦੇ ਨੇ, ਉਹ ਵੀ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਨੇ। ਅਸਲ ਵਿੱਚ ਗੁਰਦੁਆਰਾ ਸਾਹਿਬ ਵਿੱਚ ਆਉਣਾ ਹੈ ਤਾਂ ਸਾਡੇ ਸਾਫ਼ ਕੱਪੜੇ ਹੋਣੇ ਚਾਹੀਦੇ ਆ, ਪੈਰ ਸਾਫ਼ ਹੋਣੇ ਚਾਹੀਦੇ ਆ, ਹੱਥ ਸਾਫ਼ ਹੋਣੇ ਚਾਹੀਦੇ ਆ, ਸਫਾਈ ਨਾਲ ਸੰਬੰਧ ਰੱਖਦਾ ਹੈ। ਇੱਦਾਂ ਦੀ ਅਪਵਿੱਤਰਤਾ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤੀ। ਅਗਲਾ ਸਵਾਲ ਜਿਹੜਾ ਸੰਤ ਅਤੇ ਬ੍ਰਹਮ ਗਿਆਨੀ ਦਾ ਹੈ, ਇਹ ਸਾਨੂੰ ਲਗਭਗ ਹਰ ਸਟੇਜ 'ਤੇ, ਹਰ ਪਰਿਵਾਰ ਵਿੱਚੋਂ, ਹਰ ਪਿੰਡ ਵਿੱਚੋਂ, ਹਰ ਸੰਗਤ ਵਿੱਚੋਂ ਇਹ ਸਵਾਲ ਆਉਂਦੇ ਨੇ ਅਤੇ ਮੇਰਾ ਖਿਆਲ ਹੈ ਵੀ ਆਉਣੇ ਵੀ ਚਾਹੀਦੇ ਆ, ਕਿਉਂਕਿ ਪੰਜਾਬ ਨੂੰ ਸਾਧਾਂ ਨੇ ਲੁੱਟ ਕੇ ਖਾ ਲਿਆ ਆ। ਸਰਦਾਰ ਜਸਵੰਤ ਸਿੰਘ ਕੰਵਲ ਦੀ ਇੱਕ ਬੜੀ ਪਿਆਰੀ ਪੁਸਤਕ ਆ ਕੌਮੀ ਵਸੀਅਤ ਲੈ ਕੇ ਜਾਇਓ, ਉਹਦੇ 'ਚ ਗੱਲ ਬੜੀ ਪਿਆਰੀ ਲਿਖੀ ਆ। ਉਹ ਕਹਿੰਦੇ ਨੇ, ਉਹ ਪੰਜਾਬ ਵਾਲੇ ਹੋ, ਤੁਸੀਂ 16-16 ਘੰਟੇ ਕੰਮ ਕੀਤਾ, ਤੁਹਾਡੇ ਕੱਦੂ ਤਿਆਰ ਹੋਵੇ ਅਤੇ ਪਨੀਰੀ ਪੁੱਟੀ ਜਾਂ ਝੋਨਾ ਲਾਇਆ ਔਰ ਥਰੈਸ਼ਰ ਦੇ ਉੱਤੇ ਜਾਂ ਤੁਸੀਂ ਜਦੋਂ ਕਣਕ ਪੱਕਦੀ ਉਦੋਂ ਲਗਾਤਾਰ 24-24 ਘੰਟੇ ਵੀ ਖੜ੍ਹੀਆਂ ਲੱਤਾਂ 'ਤੇ ਕੰਮ ਕੀਤਾ,
ਪਰ ਪੰਜਾਬ ਦੇ ਵਿਹਲੜ ਸਾਧਾਂ ਨੂੰ ਤੁਸੀਂ ਆਪਣੀ ਕਿਰਤ ਕਮਾਈ ਲੁਟਾਈ ਹੈ ਔਰ ਬੋਰੀਆਂ ਛੱਡ ਜਾਂਦੇ ਆ। ਕਾਰ ਸੇਵਾ ਨੇ ਕਹਿਰ ਸੇਵਾ ਦੇ ਨਾਂ 'ਤੇ ਤੁਸੀਂ ਬੋਰੀਆਂ ਭਰ ਭਰ ਕੇ ਕਣਕਾਂ ਦੀਆਂ ਦਿੱਤੀਆਂ ਨੇ। ਉਹਨਾਂ ਨੇ ਪੰਜ ਪੰਜ ਮੜੀਆਂ ਦੀਆਂ ਆਪਣੀਆਂ ਮੰਜ਼ਿਲਾਂ ਦੀਆਂ ਮੜੀਆਂ ਬਣਾ ਲਈਆਂ, ਪਰ ਕੌਮ ਦਾ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ। ਇਸ ਵਾਸਤੇ ਗੁਰੂ ਪਿਆਰ ਵਾਲੇ ਉਹ ਇਹ ਜਿਹੜੇ ਨਕਲੀ ਤਮਾਮ ਸੰਤ ਤੁਰੇ ਫਿਰਦੇ ਆ ਵੀ ਇਹਨਾਂ ਦੀ ਕੌਮ ਨੂੰ ਕੋਈ ਵੀ ਦੇਣ ਨਹੀਂ ਹੈ, ਇਸ ਲਈ ਇਹਨਾਂ ਨੂੰ ਬਚਿਆ ਜਾਵੇ। ਗੁਰਬਾਣੀ ਦਾ ਜਿਹੜਾ ਸੰਤ ਸ਼ਬਦ ਆਉਂਦਾ ਹੈ ਇਹਦੀ ਪਰਿਭਾਸ਼ਾ ਸਮਝਾਂਗੇ, ਵੱਖ ਵੱਖ ਕਨਸੈਪਟ ਦੇ ਵਿੱਚ ਆਈ ਹੈ। ਪਹਿਲਾ ਸੰਤ ਸ਼ਬਦ ਜਿਹੜਾ ਵੀ ਉਹ ਰੱਬ ਵਾਸਤੇ ਆਇਆ ਹੈ, ਭਾਗ ਹੋਆ ਗੁਰ ਸੰਤ ਮਲਾਇਆ। ਦੂਜੀ ਪ੍ਰਕਾਰ ਜਿਹੜਾ ਸੰਤ ਆ ਉਹ ਗੁਰਬਾਣੀ ਵਿੱਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵਾਸਤੇ, ਵਿਚਾਰਧਾਰਾ ਵਾਸਤੇ, ਸੰਤ ਕਾ ਮਾਰਗ ਧਰਮ ਕੀ ਪੌੜੀ। ਅਤੇ ਤੀਜੀ ਪ੍ਰਕਾਰ ਦਾ ਸੰਤ ਗੁਰੂ ਪਿਆਰੇ ਉਹ ਤੁਹਾਡੇ ਵਾਸਤੇ ਆਇਆ ਜਦੋਂ ਬਹੁ ਵਚਨ ਦੇ ਵਿੱਚ ਆਉਂਦਾ ਹੈ, ਕਹਿਤ ਕਬੀਰ ਸੁਣੋ ਰੇ ਸੰਤੋ, ਤੁਹਾਡੇ ਵਾਸਤੇ ਆ, ਦੁਨੀਆ ਵਾਸਤੇ ਆਇਆ। ਅਤੇ ਚੌਥੀ ਪ੍ਰਕਾਰ ਦਾ ਇੱਕ ਸੰਤ ਆਉਂਦਾ ਹੈ ਗੁਰੂ ਪਿਆਰੇ, ਉਹ ਵੀ ਗੁਰਬਾਣੀ ਵਿੱਚ ਅੰਕਿਤ ਹੈ। ਉਹ ਕਿਹੜੇ ਅੰਕਿਤ ਨੇ? ਜਿਹੜੇ ਆ ਹਰਲ ਹਰਲ ਕਰਦੇ ਤੁਰੇ ਫਿਰਦੇ ਆ ਵੀ ਜਿਹਨਾਂ ਨੇ ਫਰਾਕਾਂ ਜੀਆਂ ਪਾਈਆਂ ਹੁੰਦੀਆਂ ਨੇ, ਉੱਤੋਂ ਦੀ ਮਾਲਾ ਪਾਈਆਂ ਹੁੰਦੀਆਂ ਨੇ, ਅਤੇ ਸਿਰ ਦੇ ਉੱਤੇ ਪਗੜੀ ਇੱਦਾਂ ਬੱਧੀ ਹੁੰਦੀ ਹੈ ਜਿਵੇਂ ਉਂਗਲ 'ਤੇ ਪੱਟੀ ਕੀਤੀ ਹੁੰਦੀ ਹੈ, ਕਿ ਦੋਹਰੀ ਦਸਤਾਰ ਹੀ ਨਹੀਂ ਬੰਨ੍ਹਦੇ ਉਹ, ਇਸ ਵਾਸਤੇ ਸਿੰਘ ਜੀ ਦਸਤਾਰ ਸਜਾਉਂਦੇ, ਛੋਟ ਜੀ ਉਹ ਚਿੱਟੇ ਜਿਹੇ ਰੰਗ ਦੀ, ਜਾਂ ਪਤਾ ਲੱਗ ਜਾਵੇ ਵੀ ਬੜਾ ਵੱਡਾ ਇਹ ਸੰਤ ਹੈਗਾ। ਉਹਨਾਂ ਦੇ ਸੰਬੰਧ ਅੰਦਰ ਗੁਰਬਾਣੀ ਦਾ ਫੈਸਲਾ ਵੀ ਗਲੇ ਜਿਹਨੇ ਜਾਂ ਪਮਾਲੀਆਂ ਲੋਟੇ ਹੱਥ ਨਾ ਬਗ, ਉਹ ਹਰ ਕੇ ਸੰਤ ਨਾ ਆਖੀਆਂ ਬਾਹਰ ਆਰਸ ਕੇ ਠੱਗ, ਇਹਨਾਂ ਕੋਲ ਜ਼ਰੂਰ ਬਚਿਆ ਜੀ। ਅਤੇ ਫਿਰ ਵੀ ਕੋਈ ਨਾ ਕੋਈ ਪਰਿਵਾਰ, ਜਿਵੇਂ ਫੈਮਿਲੀ ਦਰਜੀ ਹੁੰਦਾ ਆ, ਫੈਮਿਲੀ ਡਾਕਟਰ ਹੁੰਦਾ ਹੈ, ਇਵੇਂ ਬਹੁਤ ਸਾਰੇ ਫੈਮਿਲੀ ਸਾਧ ਵੀ ਬਣਾਏ ਹੋਏ ਆ ਵੀ ਇਸ ਬਾਬੇ ਦੀ ਅਰਦਾਸ ਨਾਲ ਸਾਡੇ ਘਰ ਕਾਕਾ ਹੋਇਆ ਸੀ, ਜਾਂ ਬਾਬੇ ਦੀ ਅਰਦਾਸ ਨਾਲ ਸਾਡਾ ਕਾਕਾ ਪਾਸ ਹੋਇਆ ਸੀ, ਜਾਂ ਬਾਬੇ ਦੀ ਅਰਦਾਸ ਨਾਲ ਸਾਡੇ ਘਰ ਦੁੱਧ ਆ ਗਿਆ, ਟਰੈਕਟਰ ਅਸੀਂ ਲੈ ਲਿਆ, ਇਹ ਸਾਰੀਆਂ ਮਨਘੜਤ ਕਹਾਣੀਆਂ ਨੇ। ਦੂਜਾ ਸ਼ਬਦ ਆ ਬ੍ਰਹਮ ਗਿਆਨੀ। ਗੁਰੂ ਪਿਆਰੇ ਰਾਤ ਦੇ ਦੀਵਾਨ ਵਿੱਚ ਵੀ ਇਹ ਵਿਚਾਰ ਆਇਆ ਸੀ ਬ੍ਰਹਮ ਗਿਆਨੀ। ਗੁਰਬਾਣੀ ਅੰਦਰ ਜਿਹੜਾ ਬ੍ਰਹਮ ਗਿਆਨੀ ਸ਼ਬਦ ਹੈ ਇਹ ਰੱਬ ਵਾਸਤੇ ਆਇਆ ਹੈ, ਅਤੇ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਜਿਹੜੇ ਸਾਧ ਨੇ ਇਹਨਾਂ ਵਿਚਾਰਿਆਂ ਨੇ ਮਰ ਜਾਣਾ ਹੈ। ਹੁਣ ਤੁਸੀਂ ਦੇਖੋ ਵੀ ਜਿਹਨਾਂ ਲੋਕਾਂ ਨੇ ਖੋਜਾਂ ਕੀਤੀਆਂ ਨੇ, ਉਹ ਸੰਸਾਰ ਵਾਸਤੇ ਕੋਈ ਲਾਭਦਾਇਕ ਉਹਨਾਂ ਨੇ ਕਾਢ ਕੱਢੀ ਹੈ, ਉਹਨਾਂ ਨੂੰ ਕਦੇ ਕਿਸੇ ਨੇ ਬ੍ਰਹਮ ਗਿਆਨੀ ਨਹੀਂ ਆਖਿਆ। ਉਹਨਾਂ ਨੇ ਸਮਾਜ ਵਾਸਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਕਾਢਾਂ ਕੱਢੀਆਂ ਨੇ, ਸੁੱਖ ਸਹੂਲਤਾਂ ਪੈਦਾ ਕੀਤੀਆਂ, ਕਦੇ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਕਿਸੇ ਨੇ? ਅਧਿਆਪਕ ਕਿੰਨਾ ਵਧੀਆ ਬੱਚੇ ਨੂੰ ਪੜ੍ਹਾ ਕੇ ਇੱਕ ਪ੍ਰੋਫੈਸਰ ਬਣਾ ਦਿੰਦਾ ਹੈ, ਡਾਕਟਰ ਬਣਾ ਦਿੰਦਾ ਹੈ, ਕਦੇ ਕਿਸੇ ਅਧਿਆਪਕ ਨੂੰ ਕਿਹਾ ਵੀ ਤੂੰ ਬੜਾ ਵੱਡਾ ਬ੍ਰਹਮ ਗਿਆਨੀ ਹੈ? ਇਸ ਵਾਸਤੇ ਇਸ ਸ਼ਬਦ ਦੀ ਵੀ ਬੜੀ ਵੱਡੀ ਸਾਡੀ ਸਿੱਖ ਕੌਮ ਦੇ ਵਿੱਚ ਦੁਰਵਰਤੋਂ ਹੋਈ ਹੈ। ਇਹ ਦੋਨਾਂ ਸ਼ਬਦਾਂ ਤੋਂ ਜ਼ਰੂਰ ਬਚਣ ਦਾ ਜਾਂ ਸੋਚਣ ਦਾ ਵਿਚਾਰ ਕਰਿਓ, ਖਿਆਲ ਕਰਿਓ। ਇੱਕ ਵਿਚਾਰ ਹੋਰ, ਸਾਡਿਆਂ ਘਰਾਂ ਵਿੱਚ ਗੁਰੂ ਪਿਆਰਿਓ ਆਪਾਂ ਰੋਜ਼ ਪੜ੍ਹਦੇ ਹਾਂ ਵੀ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ, ਮੇਰਾ ਖਿਆਲ ਹੈ ਜੇ ਮਨ ਮੰਨਿਆ ਨਹੀਂ ਲੱਗਦਾ, ਆ ਗਿਆ ਭਈ ਅਕਾਲ ਕੀ ਤਵੇ ਚਲਾਇਓ। ਮਾਤਾਵਾਂ ਭੈਣਾਂ ਵੱਲੋਂ ਆਵਾਜ਼ ਘੱਟ ਆ ਰਹੀ ਹੈ, ਮੇਰਾ ਖਿਆਲ ਨਾ ਘਰਾਂ 'ਚ ਆਲੇ ਬਣਾ ਕੇ ਨਾ, ਅਤੇ ਮਨ ਘੜਤ ਫੋਟੋਆਂ ਅੱਗੇ ਨਾ ਧੂਹ ਜ਼ਰੂਰ ਦਿਖਾਈ ਜਾ ਰਹੀ ਜੇ, ਅਤੇ ਗੁਰਦੁਆਰੇ ਵੀ ਮਾਤਾਵਾਂ ਭੈਣਾਂ ਜਾਣਗੀਆਂ ਨਾ, ਤਾਂ ਸ਼ਬਦ ਥੋੜ੍ਹਾ ਸੁਣਨਾ, ਨਾਲ ਦੋਹਤਰਾ ਗਿਆ ਹੋਏਗਾ, ਨਾਲ ਪੋਤਰਾ ਗਿਆ, ਗੁਆਂਢੀਆਂ ਦਾ ਵੀ ਵੇਭੀ ਰਿਹਾ ਉਰੇ, ਐਂ ਪਿੱਛੇ ਜੋਤ ਜਗਦੀ ਆ, ਭਰ ਭਰ ਕੇ ਲੱਪਾਂ ਧੂਏ ਦੀਆਂ, ਨਿਆਣੇ ਪੋਤਰੇ ਮੂੰਹ 'ਤੇ ਮਲੀ ਜਾਏਗੀ, ਮੁੜ ਕੇ ਭਰ ਕੇ ਲੱਪਾਂ ਜਾਂ ਆਪਣੇ ਮੂੰਹ 'ਤੇ ਵਾਹ ਗੁਰੂ ਇਹਨਾਂ ਨਿਆਣੇ ਨੂੰ ਪਾਸ ਕਰ ਲਈ, ਵੱਡੀਆਂ ਉਮਰਾਂ ਹੋ ਜਾਣ, ਬੇਬੇ ਸ਼ਬਦ ਤਾਂ ਸੁਣਿਆ ਕੋਈ ਨਹੀਂ ਹੈਗਾ। ਇਸ ਵਾਸਤੇ ਮੇਰਾ ਖਿਆਲ ਹੈ ਵੀ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ, ਕਿ ਸਾਡੀਆਂ ਘਰਾਂ 'ਚ ਰੱਖੀਆਂ ਹੋਈਆਂ ਫੋਟੋਆਂ ਦੇ ਅੱਗੇ ਜਿਹੜੀ ਧੂਪ ਧੁਖਦੀ ਆ ਜਾਂ ਜੋਤ ਜੋਗਦੀ ਆ, ਉਹ ਆ ਫੈਲਾ ਤੁਸੀਂ ਜਿਹੜੇ ਕਰਕੇ ਜਾਇਓ। ਇਸ ਵਾਸਤੇ ਗੁਰੂ ਪਿਆਰਿਓ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਕਿ ਸ਼ਰਾਬ ਦਾ ਠੇਕਾ, ਖਿਆਲ ਕਰ ਲਿਓ ਹੁਣ ਕਿ ਸ਼ਰਾਬ ਦਾ ਠੇਕਾ। ਹੁਣ ਤੁਸੀਂ, ਮੈਂ ਤਿੰਨ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਜੇ ਸਮਝ ਲੱਗ ਗਈ ਤਾਂ ਨਾ ਕਰਿਓ, ਨਹੀਂ ਤਾਂ ਗੁਰੂ ਪਿਆਰਿਓ ਸਾਡਾ ਕੋਈ ਦਾਵਾ ਥੋੜ੍ਹਾ ਵੀ ਆਪਾਂ ਹਟ ਜਾਣਾ ਹੈਗਾ। ਹੁਣ ਜਿੱਥੇ ਆਪਾਂ ਅਰਦਾਸ ਕੀਤੀ ਭਾਈ ਸਾਹਿਬ ਨੇ, ਸਰਗੁਰ ਸੱਚੇ ਪਾਤਸ਼ਾਹ ਇਸ ਪਰਿਵਾਰ ਦੇ ਬੱਚੇ ਆਨੰਦ ਕਾਰਜ ਆਰੰਭੇ ਕਾਰਜ
ਰੰਭੇ ਕਾਰਜ ਰਾਸ ਕਰਨੇ, ਰੰਭੇ ਕਾਰਜ ਅਤੇ ਭਾਈ ਜੀ ਕਹਿੰਦੇ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਕਦੋਂ ਲੈ ਜਾਣਾ? ਛੋਟਾ ਭਾਈਆ ਕਾਲਾ ਵਿਆਹ ਹੁੰਦਾ ਕਿਉਂਕਿ ਉਹਨੂੰ ਟੋੜ ਲੱਗੀ ਹੁੰਦੀ ਹੈ ਵੀ ਸਾਲੇ ਦਾ ਵਿਆਹ ਵਾ ਵੀ ਅੱਜ ਦਾਰੂ ਪੀਣੀ ਹੈਗੀ ਹੈ, ਪੀ ਰਹੇ ਨਹੀਂ ਪੀ ਰਹੇ ਹੈਗੇ, ਡੀ ਜੇ ਵੱਜ ਰਿਹਾ ਕਿ ਨਹੀਂ ਵੱਜ ਰਿਹਾ, ਅਤੇ ਰਾਤ ਨੂੰ ਫਿਰ ਡੀ ਜੇ ਵੱਜ ਰਿਹਾ ਹੈ। ਵਿਆਹ ਸ਼ਾਦੀ ਵਿੱਚ ਗੁਰੂ ਪਿਆਰੇ ਗੁਰਦੁਆਰੇ 13 ਬੰਦੇ ਜਾਂਦੇ ਆ, 14ਵਾਂ ਜਾਂਦਾ ਕੋਈ ਨਹੀਂ, ਸਾਰੀ ਨਜ਼ਰ ਲੱਗ ਜਾਂਦੀ ਇਹਨਾਂ ਨੂੰ, ਅਤੇ ਮੈਚ ਪੈਸ 10 ਵਜੇ ਜਿਉਂ 750 ਬੰਦਾ ਇਕੱਠਾ ਹੁੰਦਾ, ਟੱਕ ਟੱਕ ਪੀਣੀ ਸ਼ੁਰੂ ਕਰਦੇ ਆ, ਖਾਣਾ ਸ਼ੁਰੂ ਕਰ ਦਿੰਦੇ ਆ, ਭੰਗੜਾ ਨਾਚ ਗਾਣਾ, ਘਰ ਦੀ ਸ਼ਰਾਬ ਹੋਵੇ, ਸਰੋਂ ਦਾ ਸਾਗ ਹੋਵੇ, ਬਾਬੇ ਭੰਗੜੇ ਪਾਉਂਦੇ ਆ। ਮੈਂ ਗੁਰੂ ਪਿਆਰੇ ਕੋਈ ਬੇਨਤੀ ਹੋਰ ਵੀ ਕਰਦਾ ਹੁੰਦਾ ਵੀ ਕੋਈ ਧੀ ਦੀ ਗੱਲ ਕੱਢੇ ਬੰਦਾ ਗੁੱਸਾ ਕਰਦਾ, ਭੈਣ ਦੀ ਗੱਲ ਕੱਢੇ ਗੁੱਸਾ ਕਰਦਾ ਆ, ਕੋਈ ਲੜਕੀ ਦੀ ਗੱਲ ਕੱਢੇ ਬੰਦਾ ਗੁੱਸਾ ਕਰਦਾ ਆ। ਇਹਨਾਂ ਕਲਾਕਾਰਾਂ ਨੇ ਗੁਰੂ ਪਿਆਰੇ ਧੀਆਂ ਦੇ ਲੱਕ ਮਿਣੇ, ਭਾਰ ਤੋਲੇ, ਔਰ ਗੁਰੂ ਪਿਆਰੇ ਉਹ ਲੋਕਾਂ ਨੇ ਇਹਨਾਂ ਨੂੰ ਰੁਪਈਏ ਵਾਰੇ, ਇਹਨਾਂ ਦੇ ਉੱਤੋਂ ਦੀ 500 ਨੋਟ ਵਾਰੇ, ਖਿਆਲ ਕਰਿਓ 1.5-1.5 2-2 ਲੱਖ ਰੁਪਈਆ ਲੋਕਾਂ ਨੇ ਉੱਤੋਂ ਦੀ ਸੁੱਟ ਹੀ ਦਿੱਤਾ, ਭਾਵੇਂ ਆੜ੍ਹਤੀ ਕੋਲੋਂ 5 ਰੁਪਏ ਸੈਂਕੜੇ ਲਿਆਂਦਾ ਹੋਇਆ ਹੋਵੇ। ਜੇ ਵਾਕਈ ਇਸ ਦੀਵਾਨ ਦੇ ਵਿੱਚੋਂ ਕੁਝ ਪ੍ਰਾਪਤ ਕੀਤਾ ਹੈ ਤਾਂ ਸਾਨੂੰ ਘੱਟੋ ਘੱਟ ਅੱਜ 3 ਗੱਲਾਂ ਜਿਹੜੀਆਂ ਨੇ ਨੌਜਵਾਨੀ ਨੂੰ ਖਾ ਗਈਆਂ ਨੇ, ਇੱਕ ਤਾਂ ਸਾਧ ਖਾ ਗਏ ਆ, ਡੇਰਾਵਾਦ ਖਾ ਗਿਆ, ਕਹਿਰ ਸੇਵਾ ਖਾ ਗਈ ਆ ਜੀ, ਕਾਰ ਸੇਵਾ ਵਾਲੇ ਹੈਗੇ ਆ, ਇਹਨਾਂ ਨੇ ਸਾਡੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ, ਬਾਬੇ ਖਾ ਗਏ, ਅਤੇ ਦੂਜਾ ਗੁਰੂ ਪਿਆਰ ਵਾਲਿਓ ਇਹਨਾਂ ਨੂੰ ਨਸ਼ੇ ਖਾ ਗਏ ਨੇ, ਪੰਜਾਬ ਦੀ ਧਰਤੀ ਦੇ ਨੌਜਵਾਨਾਂ ਨੂੰ ਨਸ਼ੇ ਖਾ ਗਏ, ਇਹ ਬਾਬੇ ਖਾ ਗਏ, ਅਤੇ ਤੀਜਾ ਇਹਨਾਂ ਨੂੰ ਗਾਉਣ ਵਾਲੇ ਖਾ ਗਏ ਆ। ਇਹੀ ਕਾਰਨ ਵੀ ਜਿੰਨੀ ਸੰਗਤ ਬੈਠੀ ਹੈ ਮੇਰੀ ਉਮਰ ਦੇ ਬਜ਼ੁਰਗਾਂ ਨੂੰ ਛੱਡ ਦਿਓ, ਬਾਕੀ ਗੁਰੂ ਪਿਆਰਿਓ ਖਿਆਲ ਕਰਿਓ ਵੀ ਕਿੰਨਿਆਂ ਕੁ ਬੱਚਿਆਂ ਸਿਰਾਂ ਦੇ ਕੇਸ ਰਹਿ ਗਏ, ਕਿੰਨੀਆਂ ਕੁ ਦਸਤਾਰਾਂ ਰਹਿ ਗਈਆਂ। ਇਹ ਸਮਾਗਮ ਦਾ ਅਰਥ ਇਹ ਹੈ ਕਿ ਆਪਾਂ ਕੁਝ ਸਿੱਖ ਕੇ ਜਾਈਏ। ਮੈਂ ਇੱਕ ਉਚੇਚੇ ਤੌਰ 'ਤੇ ਇੱਥੋਂ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਬੜਾ ਤਗੜਾ ਉਪਰਾਲਾ ਕੀਤਾ, ਅਸੀਂ ਨਾ ਕੁਛ ਕਾਰਨਾਂ ਕਰਕੇ ਸਿੱਖੀ ਲਹਿਰ ਦੇ ਪ੍ਰੋਗਰਾਮ ਇੱਕ ਕੈਂਸਲ ਕਰ ਦਿੱਤੇ ਸੀ, ਕੁਝ ਕਾਰਨ ਸਨ ਸਾਡੇ, ਕੁਝ ਮਜਬੂਰੀਆਂ ਸੀ, ਪਰ ਸਦਕੇ ਜਾਈਏ ਇਹਨਾਂ ਨੌਜਵਾਨ ਵੀਰਾਂ ਦੇ, ਇਹਨਾਂ ਨੂੰ ਰਾਤ ਪਤਾ ਲੱਗਿਆ, ਸਵੇਰੇ ਗੱਡੀ ਭਰ ਕੇ ਕਾਲਜ ਚਲੇ ਗਏ, ਕਹਿੰਦੇ ਸਾਨੂੰ ਪ੍ਰੋਗਰਾਮ ਦਿਓ, ਅਸੀਂ ਕਿਹਾ ਵੀ ਪ੍ਰੋਗਰਾਮ ਸੈਟਿੰਗ ਕਰਕੇ ਵੀ ਤੁਹਾਨੂੰ ਦੱਸਦੇ ਹਾਂ, ਫਿਲਹਾਲ ਅਸੀਂ ਕੈਂਸਲ ਕੀਤੇ ਆ। ਖੈਰ ਇਹਨਾਂ ਨੇ ਬਾਹਰੋਂ ਵੀ ਅਪਰੋਚ ਕੀਤੀ ਆ, ਇੱਥੋਂ ਵੀ ਅਪਰੋਚ ਕੀਤੀ ਆ, ਬੜੀ ਮਿਹਨਤ ਵੀ ਕੀਤੀ ਆ, ਸੰਗਤ ਦੂਰ ਦਰਾਜ ਤੋਂ ਆਏ ਵੀ ਆ, ਉਹਨਾਂ ਉਤਸ਼ਾਹੀ ਨੌਜਵਾਨ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਜਿਹਨਾਂ ਆਪਣੇ ਨਗਰ ਦੇ ਵਿੱਚ ਸਮਾਗਮ ਰੱਖੇ ਆ। ਨਗਰ ਨਿਵਾਸੀਆਂ ਦਾ ਨਗਰ ਦੇ ਵਿੱਚ ਨਿੱਘੇ ਨਿੱਘੇ ਧੜੇ ਪਏ ਹੋਏ ਜੇ, ਮੈਨੂੰ ਗੱਲ ਯਾਦ ਆ ਸਾਡੇ ਪਿੰਡ ਅੱਜ ਤੋਂ 35 ਸਾਲ ਪਹਿਲਾਂ ਇੱਕ ਹੋਸਪਿਟਲ ਬਣ ਲੱਗਿਆ, ਅਤੇ ਸਰਪੰਚ ਸਾਹਿਬ ਜਿਹੜੇ ਸੀ ਉਹ ਬਣਾਉਣ ਲੱਗੇ, ਅਤੇ ਵਿਰੋਧੀ ਪਾਰਟੀ ਕਹਿਣ ਲੱਗੇ ਅਸੀਂ ਬਣ ਨਹੀਂ ਦੇਣਾ, ਆਹ ਵੇਖੋ ਪਿੰਡਾਂ ਦੀ ਹਾਲਤ। ਅਸੀਂ ਪੁੱਛਿਆ ਤਾਇਆ ਕਰਤਾਰ ਸਿੰਘ ਵੀ ਕਿਉਂ ਨਹੀਂ ਬਣ ਦੇਣਾ, ਕਹਿੰਦਾ ਜੀ ਅਸੀਂ ਡਾਕਟਰ ਆਉਣਗੇ ਉੱਥੇ ਰਹਿਣਗੇ, ਸਾਡੀਆਂ ਧੀਆਂ ਭੈਣਾਂ ਦਵਾਈਆਂ ਲੈਣ ਜਾਣਗੀਆਂ, ਉਹਨਾਂ ਦੀ ਨਿਗਾਹ ਚੰਗੀ ਨਹੀਂ ਹੋਣੀ। ਅਤੇ ਬੰਦਾ ਪੁੱਛਿਆ ਫਿਰ ਬਿਮਾਰ ਨੇ, ਫਿਰ ਨਹੀਂ ਕਿਤੇ ਪਾਪਾ ਦਵਾਈ ਲੈਣ ਵਾਸਤੇ ਜਾਂਦੇ? ਉਹ ਹਸਪਤਾਲ ਬਣਦਾ 35 ਸਾਲ ਲਾਂਗੇ, ਮੁੜ ਕੇ ਸਾਡੇ ਪਿੰਡ ਹਸਪਤਾਲ ਉਹ ਬਣਿਆ ਹੀ ਨਹੀਂ। ਪਿੰਡਾਂ ਵਿੱਚ ਨਿੱਘੀਆਂ ਨਿੱਘੀਆਂ ਪਾਰਟੀਆਂ ਨੇ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਸਮਝੌਤਾ ਕਰ ਲਈਏ, ਆਪਾਂ ਉੱਪਰ ਉੱਠ ਜਾਈਏ। ਇਸ ਵਾਸਤੇ ਗੁਰੂ ਪਿਆਰੇ ਨਗਰ ਨਿਵਾਸੀਆਂ ਦਾ ਧੰਨਵਾਦ ਆ ਵੀ ਜਿੰਨਾ ਬੜਾ ਸਹਿਯੋਗ ਦਿੱਤਾ, ਇਲਾਕਾ ਨਿਵਾਸੀਆਂ ਦਾ ਉਹਨਾਂ ਪਿੰਡਾਂ ਦਾ ਬੜਾ ਧੰਨਵਾਦ ਹੈ ਜਿਹੜੇ ਟਰਾਲੀਆਂ ਦੇ ਵਿੱਚ ਸਮਾਂ ਕੱਢ ਕੇ ਆਪੋ ਆਪਣੇ ਸਾਧਨ ਦੇ ਉੱਤੇ ਇਸ ਸਮਾਗਮ ਵਿੱਚ ਬੈਠੇ। ਅਤੇ ਸਭ ਤੋਂ ਵੱਡੀ ਵਿਚਾਰ ਵਾਲੀ ਗੱਲ ਹੈ ਕਿ ਅੱਜ ਇਸ ਧਰਤੀ ਉੱਤੇ ਤੁਸੀਂ ਇਕਾਗਰ ਚੇਤਨਾ ਸਾਰੇ ਪੁਰਾਣ ਨੂੰ ਸੁਣਿਆ ਵੀ ਕੋਈ ਵੀ ਗਿਆ ਨਹੀਂ। ਇਸ ਵਾਸਤੇ ਗ੍ਰੰਥੀ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ। ਅਖੀਰ ਵਿੱਚ ਜਿਵੇਂ ਵੀਰ ਗੁਰਜੰਤ ਸਿੰਘ ਹੋਣਾ ਨੇ ਤੁਹਾਨੂੰ ਬੇਨਤੀ ਕੀਤੀ ਹੈ ਵੀ ਬਾਹਰ ਕਿਤਾਬਾਂ ਦਾ ਸਟਾਲ ਲੱਗਿਆ ਆ, ਧਾਰਮਿਕ ਪੁਸਤਕਾਂ ਨੇ, ਇੱਦਾਂ ਦੀਆਂ ਕਿਤਾਬਾਂ ਸਾਨੂੰ ਮਿਲਦੀਆਂ ਘੱਟ ਨੇ। ਹਰ ਮਾਈ ਭਾਈ 2-4-5 ਪੁਸਤਕਾਂ ਜ਼ਰੂਰ ਲੈ ਕੇ ਜਾਇਆ ਜੀ, ਅਤੇ ਜਿਵੇਂ ਸ਼ਬਦ ਨੇ ਨਾ ਵੀ ਐਵੇਂ ਭਗਤ ਧਨੇ ਨੇ ਪੱਥਰ ਜੋ ਰੱਬ ਪਾਇਆ ਸਾਡਾ ਬੜਾ ਵੱਡਾ ਸ਼ੰਕਾ ਆ, ਅਤੇ ਭਗਤ ਨਾਮਦੇਵ ਸਾਹਿਬ ਜੀ ਨੇ ਮੋਈ ਹੋਈ ਗਊ ਜਵਾਲ ਦਿੱਤੀ ਆ ਵੀ ਉਹ ਕਿਹੜੀ ਗਊ ਸੀ,
ਇੱਦਾਂ ਦੇ ਜਿਹੜੇ ਘੁੰਡੀਆਂ ਵਾਲੇ ਸ਼ਬਦ ਆ ਵੀਰ ਸੁਖਵਿੰਦਰ ਸਿੰਘ ਹੋਣਾ ਨੇ ਜਿਹੜੀ ਕਿਤਾਬ ਕੱਲ੍ਹ ਰਿਲੀਜ਼ ਕੀਤੀ ਹੈ ਉਹਦੇ ਵਿੱਚ ਇਹ ਸ਼ਬਦਾਂ ਦੀਆਂ ਘੁੰਡੀਆਂ ਖੋਲੀਆਂ ਨੇ। ਮੈਂ ਚਾਹਾਂਗਾ, ਬੇਨਤੀ ਕਰਾਂਗਾ ਉਚੇਚੇ ਤੌਰ 'ਤੇ ਹਰ ਮਾਈ ਭਾਈ ਉਹ ਕਿਤਾਬ ਜ਼ਰੂਰ ਲੈ ਕੇ ਜਾਇਆ ਜੀ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਗੁਰਬਾਣੀ ਕੀ ਕਹਿੰਦੀ ਅਤੇ ਆਪਾਂ ਕੀ ਕਰ ਰਹੇ ਹਾਂ। ਇਸ ਦੇ ਇਲਾਵਾ ਆਪਣੇ ਕੁਝ ਸੀਡੀਆਂ ਨੇ ਧੁੰਦਾ ਜੀ ਦੀਆਂ, ਸਵਰਾ ਜੀ ਦੀਆਂ, ਸੁਰਿੰਦਰ ਸਿੰਘ ਜੀ ਦੀਆਂ, ਜਿਹਦੇ ਵਿੱਚ ਸ਼ਬਦਾਂ ਦੇ ਵਿਚਾਰ ਆ, ਇਤਿਹਾਸਿਕ ਵਿਚਾਰਾਂ ਨੇ, ਉਹ ਸੀਡੀਆਂ ਜਿਹੜੀਆਂ ਬਾਹਰ ਸਟਾਲ 'ਤੇ ਲੱਗੀਆਂ ਹੋਈਆਂ ਨੇ ਉਹ ਜ਼ਰੂਰ ਲੈ ਕੇ ਜਾਇਆ ਜੇ। ਇਹ ਮੈਂ ਉਚੇਚੇ ਤੌਰ 'ਤੇ ਤੁਹਾਨੂੰ ਬੇਨਤੀ ਕਰਾਂਗਾ। ਕੱਲ੍ਹ ਦਾ ਵੀ ਤੁਹਾਡੇ ਇਲਾਕੇ ਵਿੱਚ ਇੱਕ ਦੀਵਾਨ ਹੈ, ਉਸ ਦੀਵਾਨ ਵਿੱਚ ਵੀ ਗੁਰੂ ਪਿਆਰਿਓ ਹਾਜ਼ਰੀ ਭਰਿਓ, ਅਤੇ ਸਵਾਲ ਜਵਾਬ ਦਾ ਅਰਥ ਇਹ ਹੀ ਹੁੰਦਾ ਕਿ ਸਾਡੇ ਅੰਦਰ ਜਿਹੜੀ ਮਨਮਤ ਹੈ ਉਸ ਮਨਮਤ ਨੂੰ ਆਪਾਂ ਦੂਰ ਕਰਕੇ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰੀਏ। ਜੇ ਸਾਡਿਆਂ ਘਰਾਂ 'ਚ ਮਨ ਘੜਤ ਕਲਾਕਾਰਾਂ ਦੀਆਂ ਤਸਵੀਰਾਂ ਨੇ ਉਹਨਾਂ ਨੂੰ ਘਰੋਂ ਬਾਹਰ ਕੱਢੀਏ, ਉਹਨਾਂ ਦੀ ਜਗ੍ਹਾ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਲੈ ਕੇ ਆਈਏ। ਜੇ ਕਿਸੇ ਨੇ ਸਹਿਜ ਪਾਠ ਕਰਨਾ, ਪੋਥੀਆਂ ਚਾਹੀਦੀਆਂ ਨੇ, ਅਤੇ ਸਾਡੇ ਨਾਲ ਸੰਪਰਕ ਕਾਇਮ ਕਰ ਲਿਓ। ਪੋਥੀਆਂ ਤੁਹਾਨੂੰ ਭੇਟਾਂ ਰਹਿਤ ਜਿਹੜੀਆਂ ਨੇ ਸਹਿਜ ਪਾਠ ਕਰਨ ਵਾਸਤੇ ਦਿੱਤੀਆਂ ਜਾਣਗੀਆਂ। ਗੁਰੂ ਗ੍ਰੰਥ ਸਾਹਿਬ ਦੇ ਚਾਰ ਸ਼ਬਦਾਰਥ ਜਿਹੜੇ ਚਾਰ ਭਾਗਾਂ ਵਿੱਚ ਹੈ, ਉਹ ਪੋਥੀਆਂ ਤੁਹਾਨੂੰ ਮੁਹੱਈਆ ਕਰਵਾਈਆਂ ਜਾ ਸਕਦੀਆਂ ਨੇ। ਅਖੀਰ ਵਿੱਚ ਅਸੀਂ ਜਿੱਥੇ ਪ੍ਰਚਾਰਕ ਤਿਆਰ ਕਰਦੇ ਹਾਂ ਉਹਨਾਂ ਦੀ ਚੋਣ ਵਾਸਤੇ, ਯਾਨੀ ਇੰਟਰਵਿਊ 6 ਜੁਲਾਈ ਦੀ ਬੱਚਿਆਂ ਲਈ ਰੱਖੀ ਆ। 10+2 ਕੋਈ ਬੱਚਾ ਪਾਸ ਹੋਵੇ ਅਤੇ ਉਹ ਸਾਡੇ ਕੋਲ ਆ ਸਕਦਾ ਹੈ। 2 ਸਾਲ ਦਾ ਕੋਰਸ ਹੈ, 6 ਮਹੀਨੇ ਫੀਲਡ ਟ੍ਰੇਨਿੰਗ ਹੈ। ਰਹਿਣ ਸਹਿਣ ਦਾ ਖਰਚਾ ਸਾਰਾ ਸੰਗਤਾਂ ਵੱਲੋਂ ਹੈ। ਗੁਰੂ ਪਿਆਰਿਓ ਵਰਦੀਆਂ ਇਤਿਆਦਿਕ, ਰੋਟੀ ਪਾਣੀ ਸਾਰਾ ਕੁਝ ਦਿੱਤਾ ਜਾ ਸਕਦਾ। ਮੇਰਾ ਖਿਆਲ ਭਾਈ ਯਾਦਵਿੰਦਰ ਸਿੰਘ ਦੇ ਸਾਥੀ ਸਾਰਾ ਕਾਲਜ ਦੇਖ ਕੇ ਵੀ ਆਏ ਨੇ ਅਤੇ ਸਾਰਾ ਉਹਨਾਂ ਨੇ ਵੇਖਿਆ ਵੀ ਹੈ। ਅਤੇ 7 ਜੁਲਾਈ ਨੂੰ ਇੱਕ ਸਾਲ ਦਾ ਅਸੀਂ ਬੱਚਿਆਂ ਦਾ ਕੋਰਸ ਰੱਖਿਆ। 10+2 ਕੋਈ ਬੱਚੀ ਪਾਸ ਹੋਵੇ ਉਹ ਵੀ 1 ਸਾਲ ਦਾ ਕੋਰਸ ਕਰ ਸਕਦੀ ਹੈ। ਇਸ ਦੇ ਇਲਾਵਾ ਗੁਰਮਤ ਵਿਰਸਾ ਸਾਡਾ ਮੰਥਲੀ ਮੈਗਜ਼ੀਨ ਹੈ, 150 ਰੁਪਇਆ ਸਾਲ ਦਾ ਉਹਦਾ ਚੰਦਾ, ਕਿਸੇ ਨੇ ਉਹ ਵੀ ਲਗਾਉਣਾ ਹੋਵੇ ਤਾਂ ਲਗਾ ਸਕਦਾ। ਅਸੀਂ ਤਮਾਮ ਜਿਹੜੀਆਂ ਭੁੱਲਾਂ ਨੇ ਉਹ ਸਾਡੀਆਂ ਨੇ, ਜਿਹੜੀ ਵਡਿਆਈ ਹੈ ਗੁਰੂ ਸਾਹਿਬ ਜੀ ਦੀ ਹੈ। ਕੋਈ ਸ਼ਬਦ ਚੰਗਾ ਲੱਗੇ ਹਿਰਦੇ 'ਚ ਵਸਾਇਆ ਜੇ, ਅਤੇ ਗੁਰੂ ਪਿਆਰੇ ਉਹ ਪਿਆਰ ਵਿੱਚ ਭਿੱਜ ਕੇ ਕਲਗੀਧਰ ਪਿਤਾ ਨੂੰ ਯਾਦ ਕਰਦਿਆਂ ਸਿਰ ਨਵਾਉਂਦੇ ਆਦਮ ਸਰਕਾਰ ਨਾਲ ਗੱਜ ਗਿਆ ਖੋ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਹਿ